ਅੱਜ ਅਸੀਂ ਜਿਸ ਸਾਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਉਸ ਸਾਜ਼ ਦਾ ਨਾਂ ਹੈ ਸੁਰ ਮੰਡਲ, ਜਿਸ ਨੂੰ ਸੁਰ ਮੰਡਲ ਜਾਂ ਸਬਰ ਮੰਡਲ ਵੀ ਕਹਿੰਦੇ ਹਨ। ਸਬਰ ਦਾ ਅਰਥ ਹੋ ਗਿਆ ਜਾਂ ਸੁਰ ਦਾ ਅਸਰ ਹੋ ਗਿਆ ਸੁਰ, ਕਿਉਂਕਿ ਮੰਡਲ ਇਸ ਕਰਕੇ ਇਹਦੇ ਵਿੱਚ ਬਹੁਤ ਜ਼ਿਆਦਾ ਸੁਰਾਂ ਹੁੰਦੀਆਂ, ਜਿਸ ਕਰਕੇ ਇਸਨੂੰ ਸੁਰ ਮੰਡਲ ਵੀ ਕਿਹਾ ਜਾਂਦਾ ਹੈ। ਇਸ ਸਾਜ਼ ਦੇ ਜਿਹੜੀ ਬਹੁਤ ਜ਼ਿਆਦਾ ਕੋਈ ਹਿਸਟਰੀ ਪੁਰਾਣੀ ਨਹੀਂ ਪਤਾ ਹੈ ਕਿ ਇਸ ਨੂੰ ਕਦੋਂ ਬਣਿਆ, ਕਿਵੇਂ ਬਣਿਆ, ਪਰ ਇਹ ਫਿਰ ਵੀ ਗਿਣਿਆ ਜਾਂਦਾ ਹੈ ਕਿ 18ਵੀਂ ਸਦੀ ਤੋਂ ਹੀ ਇਹ ਸਾਜ਼ ਯੂਜ਼ ਹੁੰਦਾ ਆ ਰਿਹਾ ਹੈ। ਜਿਹੜੇ ਪੁਰਾਣੇ ਵੱਡੇ ਵੱਡੇ ਉਸਤਾਦ ਹੁੰਦੇ ਸਨ ਸਾਡੇ ਇੰਡੀਅਨ ਕਲਾਸੀਕਲ ਦਾ, ਜਿਹੜਾ ਇਹ ਮੇਨ ਸਾਜ਼ ਮੰਨਿਆ ਜਾਂਦਾ ਹੈ, ਜਿੰਨੇ ਵੀ ਵੱਡੇ ਵੱਡੇ ਉਸਤਾਦ ਹੋਏ ਨੇ ਪੁਰਾਣੇ ਸਮੇਂ ਵਿੱਚ, ਬੜੇ ਗੁਲਾਮ ਅਲੀ ਸਾਹਿਬ ਜਾਂ ਰਾਸ਼ਿਦ ਖਾਨ ਸਾਹਿਬ, ਹੁਣ ਜਿਹੜੇ ਨੇ ਪੰਡਿਤ ਜਸ ਰਾਜ ਜੀ, ਜਾਂ ਆਪਣੇ ਜਿਹੜੇ ਗੁਰਮਤਿ ਸੰਗੀਤ ਵਿੱਚ ਵੀ ਆਪਣੇ ਭਾਈ ਨਿਰਮਲ ਸਿੰਘ ਜੀ, ਪਦਮ ਸ਼੍ਰੀ ਜੀ, ਭਾਈ ਗੁਰਮੀਤ ਸਿੰਘ ਜੀ, ਸ਼ਾਂਤ ਜਾਂ ਹੋਰ ਬੜੇ ਬੜੇ ਸਾਧ ਕੀਰਤਨੀ, ਸਾਧ ਕੀਰਤਨੀ ਮੇਤ ਜਿਹੜੇ ਰਾਗਾਂ ਦੇ ਬਹੁਤ ਗੁਣੀ ਨੇ, ਬਹੁਤ ਗਿਆਤਾ ਨੇ, ਉਹ ਇਸ ਸਾਜ਼ ਨੂੰ ਰੱਖ ਕੇ ਇਸ ਸਾਜ਼ ਨੂੰ ਵਜਾ ਕੇ ਸਾਜ਼ ਦੇ ਨਾਲ ਕੀਰਤਨ ਕਰਿਆ ਕਰਦੇ ਹਨ। ਇਹ ਹੁਣ ਯੂਜ਼ ਕਿਸ ਤਰ੍ਹਾਂ ਕੀਤਾ ਜਾਂਦਾ, ਆਪਾਂ ਇਸ ਬਾਰੇ ਗੱਲ ਕਰੀਏ ਕਿ ਇਹ ਜ਼ਿਆਦਾਤਰ ਜਿਸ ਰਾਗ ਵਿੱਚ ਸ਼ਬਦ ਗਾਇਆ ਜਾਣਾ ਹੈ ਇਸ ਨੂੰ ਇੱਕੋ ਰਾਗ ਵਿੱਚ ਇੱਕ ਵਾਰ ਟਿਊਨ ਕੀਤਾ ਜਾਂਦਾ ਹੈ ਅਤੇ ਉਸੇ ਰਾਗ ਵਿੱਚ ਇਹਨੂੰ ਵਾਰ ਵਾਰ ਯੂਜ਼ ਕੀਤਾ ਜਾਂਦਾ ਹੈ। ਇਸ ਨੂੰ ਜਿਸ ਰਾਗ ਵਿੱਚ ਅਸੀਂ ਗਾਉਣਾ ਹੈ ਉਸ ਰਾਗ ਵਿੱਚ ਇਸ ਦੀਆਂ ਸਾਰੀਆਂ ਤਾਰਾਂ ਆਪਾਂ ਟਿਊਨ ਕਰ ਲੈਂਦੇ ਹਾਂ। ਇਹਦੀ ਟੋਟਲ ਜਿਹੜੀ ਤਾਰਾਂ ਹੁੰਦੀਆਂ ਹਨ ਸਟ੍ਰਿੰਗਸ ਨੇ ਉਹ 22 ਤੋਂ 36 ਦੇ ਵਿੱਚ ਹੋ ਸਕਦੀਆਂ ਸਾਈਜ਼ ਅਨੁਸਾਰ। ਜੇ ਛੋਟਾ ਸਾਈਜ਼ ਹੈ ਉਸਦੀ 22 ਹੋ ਜਾਂਦੀਆਂ ਹਨ, ਜੇ ਵੱਡਾ ਫੁੱਲ ਸਾਈਜ਼ 36 ਤੋਂ ਜ਼ਿਆਦਾ ਨਹੀਂ ਹੁੰਦੀਆਂ। ਟੋਟਲ ਇਸ ਦੀਆਂ 22 ਤੋਂ 36 ਦੇ ਤਾਰਾਂ ਦੇ ਵਿੱਚ ਹੁੰਦੀਆਂ ਹਨ। ਇਸ ਨੂੰ ਜਿਸ ਰਾਗ ਵਿੱਚ ਅਸੀਂ ਗਾਉਣਾ ਹੈ ਉਸ ਰਾਗ ਵਿੱਚ ਇਸਦੇ ਅਵਰੋਹ ਵਿੱਚ ਸੁਰ ਕੀਤਾ ਜਾਂਦਾ ਹੈ। ਇਸ ਨੂੰ ਵਜਾਉਣ ਦੇ ਲਈ ਪਿੱਕ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਾਂ ਕੋਈ ਆਪਣੀ ਨੇਸ ਦੇ ਨਾਲ ਵੀ ਇਸ ਨੂੰ ਨੋ ਵੱਡਾ ਕਰਕੇ ਉਸਦੇ ਨਾਲ ਵੀ ਵਜਾ ਲੈਂਦੇ ਹਨ, ਜਿਵੇਂ ਪਿੱਕ ਨੂੰ ਇਸ ਤਰ੍ਹਾਂ ਹੱਥ 'ਚ ਪਕੜ ਕੇ। ਤੁਸੀਂ ਸੁਣਿਆ ਹੋਣਾ ਇਸ ਤਰ੍ਹਾਂ ਦਾ ਸਾਊਂਡ ਪੁਰਾਣੀ ਪੁਰਾਣੀ ਸਾਡੀ ਜਿਹੜੀ ਫਿਲਮਾਂ ਨੇ ਬਾਲੀਵੁੱਡ ਦੀਆਂ, ਜਾਂ ਉਸਦੇ ਵਿੱਚ ਵੀ ਪੁਰਾਣੇ ਸਮੇਂ ਵਿੱਚ ਜਿਹੜੇ ਸ਼ਾਸਤਰੀ ਸੰਗੀਤਕਾਰ ਉਹ ਇਸ ਦਾ ਯੂਜ਼ ਕਰਦੇ ਸਨ, ਇਸ ਦੀ ਵਰਤੋਂ ਕਰਦੇ ਸਨ। ਜਿਹੜਾ ਰਾਗ ਗਾਇਆ ਜਾਣਾ ਉਸਦੇ ਅਵਰੋਹ ਵਿੱਚ, ਅਵਰੋਹ ਮੀਨਸ ਹੁੰਦਾ ਡਿਸੈਂਡਿੰਗ, ਉਸਦੀ ਜਿਹੜੀ ਵਾਪਸੀ ਹੁੰਦੀ ਹੈ ਉਹਦੇ ਸੁਰਾਂ ਦੇ ਹਿਸਾਬ ਨਾਲ ਇਸ ਨੂੰ ਸੁਰ ਕੀਤਾ ਜਾਂਦਾ ਹੈ। ਹੁਣ ਗੱਲ ਕਰੀਏ ਇਸਦੀ ਬਣਤਰ ਦੀ। ਜੋ ਇਹ ਸਾਰਾ ਤੁਸੀਂ ਦੇਖ ਰਹੇ ਹੋ ਢਾਂਚਾ, ਇਹ ਲੱਕੜ ਦਾ ਬੇਸ ਹੈ ਸਾਰਾ। ਲੱਕੜ ਦੇ ਬੇਸ ਦੇ ਉੱਤੇ ਇਹ ਬ੍ਰਿਜ ਕਸੀਆਂ ਜਾਂਦੀਆਂ ਨੇ, ਇਹ ਲਗਾਈਆਂ ਜਾਂਦੀਆਂ ਨੇ। ਇੱਧਰਲੀ ਸਾਈਡ ਦੇ ਵਿੱਚ ਮੋਤੀ ਪਾਇਆ ਜਾਂਦਾ ਹੈ, ਇੱਧਰਲੀ ਸਾਈਡ ਵਿੱਚ ਕਿੱਲ ਲਗਾਏ ਜਾਂਦੇ ਨੇ। ਕਿੱਲ ਦੇ ਨਾਲ ਤਾਰ ਨੂੰ ਕੱਸ ਕੇ ਮੋਤੀ ਦੇ ਵਿੱਚੋਂ ਦੀ ਕੱਢ ਕੇ ਇਹਦੇ ਉੱਪਰ ਦੀ ਕੱਸ ਦਿੱਤਾ ਜਾਂਦਾ ਹੈ, ਇਹਦੇ ਉੱਪਰ ਟਾਈਟ ਕਰ ਦਿੱਤਾ ਜਾਂਦਾ ਹੈ। ਇਸ ਨੂੰ ਜਦੋਂ ਟਿਊਨ ਕਰਨਾ ਹੁੰਦਾ ਹੈ ਇਸਦੀ ਇੱਕ ਸਪੈਸ਼ਲ ਚਾਬੀ ਆਉਂਦੀ ਹੈ, ਜਿਸ ਨੂੰ ਇੱਥੇ ਫਸਾ ਕੇ ਇਸ ਨੂੰ ਲੋੜ ਅਨੁਸਾਰ ਸੁਰ ਦੇ ਨੂੰ ਸੁਣ ਕੇ ਉਸਦੇ ਵਿੱਚ ਟਿਊਨ ਕਰ ਲਿਆ ਜਾਂਦਾ ਹੈ। ਹੌਲੀ ਹੌਲੀ ਇਸ ਨੂੰ ਥੱਲੇ ਲਿਆਇਆ ਜਾਂਦਾ ਹੈ। ਇਸ ਨੂੰ ਜਦੋਂ ਟਿਊਨ ਕਰਨਾ ਹੈ ਰਾਗ ਦੇ ਅਵਰੋਹ ਵਿੱਚ ਜਿਹੜੇ ਜਿਹੜੇ ਸੁਰ ਯੂਜ਼ ਹੁੰਦੇ ਹੋਣ ਉਹ ਰਾਗਾਂ ਨੂੰ ਉਹ ਯੂਜ਼ ਕਰਕੇ ਸੁਰਾਂ ਨੂੰ ਇਸ ਨੂੰ ਟਿਊਨ ਕੀਤਾ ਜਾਂਦਾ ਹੈ। ਜਿਹੜੇ ਵਰਜਿਤ ਸੁਰ ਹੁੰਦੇ ਹਨ ਉਹ ਨਹੀਂ ਲਗਾਏ ਜਾਂਦੇ, ਕਿਉਂਕਿ ਉਸਦੇ ਨਾਲ ਫਿਰ ਰਾਗ ਦਾ ਮਾਹੌਲ ਪੂਰਾ ਨਹੀਂ ਬਣਦਾ। ਜ਼ਿਆਦਾਤਰ ਜਿਹੜੀ ਟਿਊਨਿੰਗ ਹੈ ਸੁਰ ਮੰਡਲ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ, ਸੁਰ ਕਿੰਨੇ ਕੁ ਉੱਚਾ ਜਾ ਸਕਦਾ ਹੈ ਕਿੰਨਾ ਨਹੀਂ, ਕਿਉਂਕਿ ਵੱਖ ਵੱਖ ਤਰ੍ਹਾਂ ਦੇ ਸੁਰ ਮੰਡਲ ਹੁੰਦੇ ਹਨ। ਕੋਈ ਉੱਚੇ ਸਕੇਲ ਤੱਕ ਜਾ ਸਕਦੇ ਹਨ, ਕੋਈ ਨਾ ਤਾਰ ਦੇ ਸਿਸਟਮ ਹੁੰਦਾ ਹੈ, ਸਟ੍ਰਿੰਗ ਦਾ ਸਿਸਟਮ ਹੁੰਦਾ ਹੈ, ਉਸਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਕੁਛ ਲੋਕ ਸਾ ਤੋਂ ਸਟਾਰਟਿੰਗ ਕਰਦੇ ਹਨ, ਕੁਛ ਲੋਕ ਪਾ ਤੋਂ ਕਰਦੇ ਹਨ। ਜਿਵੇਂ ਹੁਣ ਇਸ ਨੂੰ ਅਸੀਂ ਪਾ ਤੋਂ ਲੜਕੀਆਂ ਦੇ ਸਕੇਲ ਤੋਂ ਇਹਨੂੰ ਸੁਰ ਕੀਤਾ ਹੋਇਆ ਹੈ ਕਲਿਆਣ ਰਾਗ 'ਚ। ਜ਼ਿਆਦਾਤਰ ਇਹ ਸਾਜ਼ ਆਪਣੇ ਇੰਡੀਆ ਵਿੱਚ ਅਤੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ, ਕਿਉਂਕਿ ਉੱਥੇ ਦੇ ਵੱਡੇ ਵੱਡੇ ਉਸਤਾਦਾਂ ਦਾ ਜੋ ਮਨਪਸੰਦਾ ਸਾਜ਼ ਹੈ। ਉਹਨਾਂ ਤੋਂ ਇਲਾਵਾ ਕੁਛ ਲੋਕ ਜਿਸ ਤਰ੍ਹਾਂ ਚੀਨੀ ਹੋ ਗਏ, ਚਾਈਨੀਜ਼ ਹੋ ਗਏ, ਕੁੰਗ ਫੂ ਸਾਜ਼ ਇਸਦੇ ਨਾਲ ਦਾ ਬਹੁਤ ਮਿਲਦਾ ਜੁਲਦਾ ਸਾਜ਼ ਹੈ। ਅੰਗਰੇਜ਼ਾਂ ਕੋਲ ਵੀ ਇਸਦੇ ਨਾਲ ਦਾ ਮਿਲਦਾ ਜੁਲਦਾ ਇੱਕ ਸਾਜ਼ ਹੈ, ਜਿਸ ਨੂੰ ਹਾਪ ਕਹਿੰਦੇ ਹਨ। ਆਪਣੇ ਇੰਡੀਆ ਵਿੱਚ ਵੀ ਇੱਕ ਸਾਜ਼ ਇਸਦੇ ਨਾਲ ਦਾ ਮਿਲਦਾ ਜੁਲਦਾ ਹੁੰਦਾ, ਜਿਸ ਨੂੰ ਸੰਤੂਰ ਕਹਿੰਦੇ ਹਨ। ਉਹ ਵੀ ਇਸ ਤਰ੍ਹਾਂ ਤਾਰਾਂ ਲੱਗੀਆਂ ਹੁੰਦੀਆਂ ਹਨ, ਪਰ ਉਸ ਨੂੰ ਵਜਾਉਣ ਦਾ ਤਰੀਕਾ, ਇਸ ਸਾਜ਼ ਨੂੰ ਜੋ ਪਕੜਨ ਦਾ ਤਰੀਕਾ ਹੈ, ਆਪਣੇ ਖੱਬੇ ਹੱਥ ਨਾਲ ਥੱਲੋਂ ਹਥੇਲੀ ਦੇ ਉੱਤੇ ਇਸ ਤਰ੍ਹਾਂ ਰੱਖ ਕੇ ਇਹਨੂੰ ਮੋਢੇ 'ਤੇ ਟਿਕਾ ਲਿਆ ਜਾਂਦਾ ਹੈ ਅਤੇ ਸੱਜੇ ਹੱਥ ਨਾਲ ਇਸ ਤਰ੍ਹਾਂ ਵਜਾਇਆ ਜਾਂਦਾ ਹੈ। ਅਤੇ ਕੁਛ ਲੋਕ ਇਸ ਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਹਨ, ਕਿਉਂਕਿ ਇਸ ਤਰ੍ਹਾਂ ਬੈਠਣ ਨਾਲ ਬੰਦੇ ਨੇ ਕਈ ਵਾਰ ਜ਼ਿਆਦਾ ਦੇਰ ਪ੍ਰੋਗਰਾਮ ਜਿਸ ਤਰ੍ਹਾਂ ਕਰਨਾ ਹੋਵੇ, ਕਿਉਂਕਿ ਜੋ ਵੱਡੇ ਵੱਡੇ ਉਸਤਾਦ ਹਨ 2-2 ਘੰਟੇ ਦੀ ਮਹਿਫਲਾ ਕਰਦੇ ਹਨ, ਇਸ ਤਰ੍ਹਾਂ ਬੈਠਣਾ ਔਖਾ ਨਹੀਂ ਹੁੰਦਾ, ਥਕਾਵਟ ਨਹੀਂ ਹੁੰਦੀ, ਇਸ ਕਰਕੇ ਇਸ ਨੂੰ ਇਸ ਤਰ੍ਹਾਂ ਵੀ ਪਕੜਿਆ ਜਾ ਸਕਦਾ ਹੈ, ਦੂਸਰੇ ਰੋਟ ਵੀ ਬੈਠਿਆ ਜਾ ਸਕਦਾ ਹੈ, ਇਸਦੀ ਕੋਈ ਐਡੀ ਬੰਦਿਸ਼ ਨਹੀਂ ਹੈ। ਇਸ ਸਾਜ਼ ਨੂੰ ਵਜਾਉਣਾ ਕੋਈ ਔਖਾ ਕੰਮ ਨਹੀਂ ਹੈ, ਇਸ ਨੂੰ ਕੋਈ 1-2 ਵਾਰ ਸਿੱਖ ਕੇ ਬੜੇ ਆਰਾਮ ਨਾਲ ਵਜਾ ਸਕਦਾ ਹੈ, ਕਿਉਂਕਿ ਇਸ ਨੂੰ ਸਿਰਫ ਇਸ ਤਰ੍ਹਾਂ ਪਕੜ ਕੇ ਇਸ ਤਰ੍ਹਾਂ ਬਸ ਇਸ ਤਰ੍ਹਾਂ ਵਜਾਈ ਜਾਣਾ ਹੈ। ਆਪਾਂ ਇਹਨੂੰ ਆਪਣੀ ਮਰਜ਼ੀ ਨਾਲ ਕਦੀ ਫਾਸਟ ਕਦੀ ਸਲੋ ਇਸ ਤਰ੍ਹਾਂ ਨਹੀਂ ਕਰ ਸਕਦੇ। ਇਸਨੂੰ ਸਲੋ ਜਾਂ ਲੈ ਦੇ ਇੱਕ ਲੈ ਦੇ ਵਿੱਚ ਵਾਰ ਵਾਰ ਵਜਾਇਆ ਜਾਂਦਾ ਹੈ। ਜ਼ਿਆਦਾਤਰ ਇਸਨੂੰ ਜਦੋਂ ਸ਼ਬਦ ਦੀ ਜਾਂ ਭਜਨ ਦੀ ਕੋਈ ਵੀ ਮੇਨ ਲਾਈਨ ਆਉਂਦੀ ਹੈ, ਅਸਥਾਈ ਹੁੰਦੀ ਹੈ ਜਿਹੜੀ ਮੁੜ ਮੁੜ ਕੇ ਆਉਂਦੀ ਹੈ, ਉਸਦੇ ਸਮੇਂ ਵਜਾਇਆ ਜਾਂਦਾ ਹੈ, ਜਾਂ ਜਦੋਂ ਖਾਲੀ ਮਿਊਜ਼ਿਕ ਆਉਂਦਾ ਹੈ ਉਸਦੇ ਸਮੇਂ ਵਜਾਇਆ ਜਾਂਦਾ ਹੈ। ਕੰਟੀਨਿਊ ਇਸ ਸਾਜ਼ ਨੂੰ ਨਹੀਂ ਵਜਾਇਆ ਜਾਂਦਾ ਹੈਗਾ। ਇਸ ਸਾਜ਼ ਦੀ ਜਿਹੜੀਆਂ ਤੁਸੀਂ ਤਾਰਾਂ ਦੇਖ ਰਹੇ ਹੋ, ਜਿਹੜੀਆਂ ਥੱਲੇ ਵਾਲੀਆਂ ਤਾਰਾਂ ਨੇ ਸ਼ਾਰਪ ਨੇ, ਉਹਦੀ ਆਵਾਜ਼ ਜੋ ਉੱਪਰ ਜਾਏਗਾ ਆਵਾਜ਼ ਉਸਦੀ ਭਾਰੀ ਹੁੰਦੀ ਜਾਏਗੀ।
ਇਹ ਜਿਹੜੀਆਂ ਥੱਲੇ ਵਾਲੀਆਂ ਤਾਰਾਂ ਨੇ ਇਹ ਸਟੀਲ ਦੀਆਂ ਨੇ ਜਾਂ ਆਇਰਨ ਦੀਆਂ ਹੁੰਦੀਆਂ ਨੇ, ਜਿਹੜੀਆਂ ਉੱਪਰ ਵਾਲੀਆਂ ਵਾਰਾਂ ਨੇ ਇਹ ਬੇਸ ਵਿੱਚ ਟਿਊਨ ਹੁੰਦੀਆਂ ਜਿਸ ਦੀ ਗੂੰਜ ਆਉਂਦੀ ਹੈ। ਇਹ ਸਟੀਲ ਦੀ ਤਾਰਾਂ ਦੇ ਉੱਤੇ ਕੋਪਰ ਦੀ ਵਾਇਰ ਚੜ੍ਹਾਈ ਹੁੰਦੀ ਹੈ, ਉਹਨਾਂ ਨੂੰ ਇੱਥੇ ਕੱਸਿਆ ਜਾਂਦਾ ਹੈ, ਉਸਦੇ ਕਰਕੇ ਇਸਦੀ ਆਵਾਜ਼ ਭਾਰੀ ਹੋ ਜਾਂਦੀ ਹੈ। ਇਹ ਜੋ ਥੱਲੇ ਵਾਲੀਆਂ ਤਾਰਾਂ ਨੇ ਸਾਰੀਆਂ ਇਹ ਸ਼ਾਰਪ, ਅਤੇ ਜਿਹੜੀ ਉੱਪਰ ਵਾਲੀਆਂ ਨੇ ਇਹਨਾਂ ਨੂੰ ਬੇਸ ਦੇ ਤੌਰ 'ਤੇ ਟਿਊਨਿੰਗ ਦੇ ਤੌਰ 'ਤੇ ਵਰਤਿਆ ਜਾਂਦਾ ਹੈ।